ਆਪਣਾ ਤਾਂ ਮਕੀਮਪੁਰ ਮਕੀਮਪੁਰ ਪਿੰਡ ਆਏ ਸੀ ਅਸੀਂ ਬਾਈ ਅੱਜ। ਹਾਂਜੀ ਹਾਂਜੀ, ਮੈਸੀ ਕੰਪਨੀ ਵੱਲੋਂ ਆਏ ਸੀਗੇ ਇਹ ਬਾਈ, ਉਹਨਾਂ ਨੇ ਸਾਨੂੰ ਬੁਲਾਇਆ ਸੀਗਾ, ਇਹਨਾਂ ਨੇ ਟਰੈਕਟਰ ਲੈਣਾ ਹੈਗਾ। ਭਾਈ ਤੁਸੀਂ ਦੱਸੋ ਕਿ ਤੁਸੀਂ ਕਿਹੜਾ ਕਿਹੜਾ ਟਰੈਕਟਰ ਬੁਲਾਇਆ ਸੀਗਾ ਅੱਜ ਇੱਥੇ? ਅਸੀਂ ਜੀ ਹੋਲੈਂਡ ਮੰਗਾਇਆ ਸੀਗਾ। ਅੱਛਾ ਜੀ, ਹਾਂ ਇੱਕ ਤੁਹਾਨੂੰ ਕਿਹਾ ਸੀਗਾ। ਠੀਕ ਹੈ ਜੀ, ਤੇ ਹੋਲੈਂਡ ਵਾਲੇ ਕਿੱਥੇ ਹੋ ਬਾਈ ਅੱਜ? ਹੋਲੈਂਡ ਵਾਲਿਆਂ ਦਾ ਅੱਜ ਟਾਈਮ ਨਹੀਂ ਲੱਗਾ, ਉਹ ਆਏ ਨੀਗੇ। ਤੁਸੀਂ ਕਿਹਾ ਨਹੀਂ ਸੀਗਾ ਉਹਨਾਂ ਨੂੰ ਬਾਈ? ਕਿਹਾ ਸੀਗਾ ਅਸੀਂ। ਫਿਰ ਉਹ ਅੱਜ ਕਿਉਂ ਨਹੀਂ ਆਏ ਬਾਈ? ਤਾਂ ਹੁਣ ਉਹਨਾਂ ਨੂੰ ਪਤਾ ਹੁੰਦੀ ਕਿਉਂ ਨਹੀਂ ਆਏ। ਜਾਂਦੇ ਉਹਦੇ ਟਰੈਕਟਰ 'ਚ ਕੋਈ ਫਰਕ ਨਹੀਂ ਹੈਗਾ। ਹਾਂਜੀ, ਹੁਣ ਤੁਸੀਂ ਸਾਨੂੰ ਇਹ ਚੀਜ਼ ਦੱਸੋ ਆਪਣਾ ਇੱਕ ਗੱਲ ਕਿ ਤੁਸੀਂ ਆਪਣਾ ਸਾਡਾ ਮੈਸੇਜ ਚਲਾ ਕੇ ਦੇਖਿਆ, ਹੁਣ ਤੁਹਾਨੂੰ ਮੈਸੇਜ ਦਾ ਤੇ ਪਤਾ ਲੱਗ ਗਿਆ ਯੋਰ ਦਾ ਬੁੱਕਦਾ ਨਾ ਪੂਰਾ ਜੀ। ਹੁਣ ਹੋਲੈਂਡ ਦਾ ਅਸੀਂ ਕੀ ਮੰਨੀਏ ਕਿ ਹੋਲੈਂਡ ਟਰੈਕਟਰ ਹੈ ਨਹੀਂ ਜਿਹੜਾ ਆਏ ਨੇ ਇੱਥੇ ਅੱਜ, ਓਪਨ ਚੈਲੇਂਜ ਨਹੀਂ ਚੱਲਦਾ ਜਾਂ ਕਿੱਦਾਂ ਸਾਡੇ ਨਾਲ ਬਰਾਬਰ ਨਹੀਂ ਚੱਲਦਾ? ਪਤਾ ਹੋ ਜਾ ਉਹਨਾਂ ਨੂੰ, ਅਸੀਂ ਤਾਂ ਛੋਟੇ ਟਰੈਕਟਰ ਚਲਾਉਣ ਵਾਲੇ ਬੰਦੇ ਆ। ਠੀਕ ਹੈ ਜੀ, ਇਹਨਾਂ ਤੇ ਬਹਿ ਕੇ ਹੁਣ ਸਾਨੂੰ ਇਹ ਤਾਂ ਪਤਾ ਲੱਗ ਗਿਆ ਮੈਸੀ ਦਾ ਚੰਗਾ ਖੁੱਲ ਲਾ। ਠੀਕ ਹੈ ਜੀ, ਹੁਣ ਹੋਲੈਂਡ ਤੇ ਬਹਿ ਕੇ ਦੇਖ ਲਵਾਂਗੇ ਉਹ ਕਿੰਨਾ। ਨਹੀਂ ਭਾਈ ਦੇਖੋ, ਅਸੀਂ ਅੱਜ ਲੈ ਕੇ ਆਏ, ਤੁਸੀਂ ਸਾਨੂੰ ਟਾਈਮ ਦਿੱਤਾ ਸੀਗਾ, ਹੋਲੈਂਡ ਨੂੰ ਵੀ ਦਿੱਤਾ ਸੀਗਾ, ਉਹ ਫਿਰ ਨਾ ਆਉਣ ਦਾ ਕਾਰਨ ਸੀ। ਸਾਨੂੰ ਦਿੱਤਾ ਸੀ, ਅਸੀਂ ਵੀ ਤੁਹਾਨੂੰ ਦਿੱਤਾ ਸੀ। ਹਾਂਜੀ, ਨਹੀਂ ਤੁਹਾਡੀ ਹੋਲੈਂਡ ਵਾਲੇ ਨਾਲ ਗੱਲ ਹੋਈ ਸੀਗੀ ਭਾਈ? ਹੋਲੈਂਡ ਵਾਲੇ ਨਾਲ ਹਾਂਜੀ ਹੋਈ ਸੀਗੀ। ਕੀ ਕਹਿੰਦੇ ਸੀ ਉਹ? ਉਹ ਨਹੀਂ, ਉਦਾਂ ਤਾਂ ਸਾਨੂੰ ਕਿਹਾ ਸੀ ਜਿੱਦਣ ਗੱਲ ਹੋਈ ਸੀ ਆਵਾਂਗੇ। ਹਾਂਜੀ, ਕੱਲ ਨੂੰ ਉਹਨੂੰ ਫੋਨ ਕੀਤਾ ਤਾਂ ਸਵੇਰੇ ਹੀ ਕੀਤਾ ਸੀ। ਠੀਕ ਹੈ ਜੀ, ਉਹ ਉਦੋਂ ਉਹਨਾਂ ਨੇ ਕਿਹਾ ਸੀ ਵੀ ਆਵਾਂਗੇ ਅਸੀਂ। ਠੀਕ ਹੈ, ਠੀਕ ਹੈ ਭਾਈ। ਅੱਛਾ ਇਧਰ ਦੇਖੋ ਜੀ, ਅੱਜ ਅਸੀਂ ਆਏ ਸੀ ਮਕੀਮਪੁਰ ਪਿੰਡ, ਅਸੀਂ ਓਪਨ ਚੈਲੇਂਜ ਰੱਖਿਆ ਸੀਗਾ ਨਿਊ ਹੋਲੈਂਡ ਕੰਪਨੀ ਦੇ ਨਾਲ, ਜਿਹੜੀ ਹੁਸ਼ਿਆਰਪੁਰ ਹੈਗਾ ਡਿਸਟ੍ਰਿਕਟ ਦੇ ਵਿੱਚ ਆਉਂਦਾ ਹੈਗਾ, ਅਤੇ ਅਸੀਂ ਮੈਸੀ ਵਾਲੇ ਇੱਥੇ ਖੜ੍ਹੇ ਹਾਂ ਜੀ ਖੇਤ ਦੇ ਵਿੱਚ, ਸ਼ਾਮੀ 4 ਵਜੇ ਤੱਕ ਵੀ ਖੜ੍ਹੇ ਰਹਾਂਗੇ। ਇਹ ਅਸੀਂ ਔਨਲਾਈਨ ਵੀਡੀਓ ਬਣਾਉਂਦੇ ਹੈਗੇ, ਯੂਟਿਊਬ ਦੇ ਵੀ ਔਨਲਾਈਨ ਚੱਲਦੇ, ਲਾਈਵ ਚੱਲਦੇ ਪਏ ਹੈਗੇ। ਅਗਰ ਸ਼ਾਮ ਨੂੰ 4 ਵਜੇ ਤੱਕ ਵੀ ਹੋਲੈਂਡ ਵਾਲੇ ਇੱਥੇ ਆ ਜਾਣਗੇ, ਅਸੀਂ ਓਪਨ ਚੈਲੇਂਜ ਕਰਕੇ ਜਾਵਾਂਗੇ ਕਿ ਅਸੀਂ ਮੈਸੀ ਵਾਲੇ ਆਏ ਹਾਂ ਅੱਜ ਜੀ। ਠੀਕ ਹੈ ਬਾਈ ਜੀ, ਬਾਕੀ ਮੈਸੀ ਚੱਲਦਾ ਪਿਆ ਜੀ, ਅਗਰ ਕੋਈ ਮੇਰਾ ਵੀਰ ਭਰਾ ਇੱਥੇ ਵੀਡੀਓ ਦੇਖਦਾ ਵੀ ਹੈਗਾ, ਅਗਰ ਵੀਡੀਓ ਦੇਖ ਕੇ ਕੋਈ ਹੋਲੈਂਡ ਵਾਲਾ ਆਉਣਾ ਚਾਹੁੰਦਾ ਇੱਥੇ, ਜੀ ਸਦਕੇ ਜਦ ਮਰਜ਼ੀ ਓਪਨ ਚੈਲੇਂਜ ਕਰੇ ਜੀ, ਆਪਾਂ ਇੱਥੇ ਖੜ੍ਹੇ ਹੈਗੇ ਸ਼ਾਮ 4 ਵਜੇ ਤੱਕ। ਪਿੰਡ ਹੈਗਾ ਮਕੀਮਪੁਰ, ਇਹ ਪਿੰਡ ਦੇ ਮੋਦਵਾਰ ਬੰਦੇ ਹੈਗੇ ਜੀ, ਮੁੰਡੇ ਸਾਰੇ ਹੈਗੇ ਜੀ। ਮੋਦਵਾਰ ਮੈਂ ਆ ਮਕੀਮਪੁਰ। ਹਾਂਜੀ, ਇਹ ਮੁੰਡੇ ਹੈਗੇ ਜੀ ਸਾਰੇ ਜੀ ਵਿੱਚ। ਠੀਕ ਹੈ ਜੀ, ਅਤੇ ਅਸੀਂ ਇਹ ਇਹ ਲੈ ਲਓ ਸਾਰੇ ਬੰਦੇ ਜੀ ਆਏ ਹੈਗੇ, ਅਤੇ ਮੈਸੀ 9500 ਬੱਲੇ ਬੱਲੇ ਕਰਾ ਰਿਹਾ ਜੀ ਪਿੰਡ ਮਕੀਮਪੁਰ 'ਚ। ਅਗਰ ਕੋਈ ਨਿਊ ਹੋਲੈਂਡ ਜਾਂ ਬਾਕੀ ਹੋਰ ਵੀ ਕੋਈ ਕੰਪਨੀ ਵਾਲਾ ਆ ਕੇ ਇੱਥੇ ਓਪਨ ਚੈਲੇਂਜ ਕਰਨਾ ਚਾਹੁੰਦਾ, ਜੀ ਸਦਕੇ ਆਏ ਜੀ। ਠੀਕ ਹੈ ਜੀ, ਬਹੁਤ ਮਿਹਰਬਾਨੀ। ਤਾੜੀਆਂ।